ਤੇ ਕਿਸਾਨ ਆਗੂ ਬੰਦੇਰ ਨੇ ਕੀ ਕੁਛ ਕਿਹਾ ਉਹ ਸੁਣ ਲੈ ਨਹੀਂ ਬੰਦੇਰ ਸਾਹਿਬ ਬੜਾ ਉੱਚੀ ਬੋਲਦੇ ਬੰਦੇਰ ਜੀ ਬੋਲਦੇ ਥੋੜਾ ਯਾਰ ਉਹ ਯਾਰ ਇਹ ਕੀ ਕਰਦੇ ਹੋ ਰੋਲ ਸਰ ਮਤ ਬੋਲ ਬੋਲ ਜੀ ਮੈਂ ਸਰਵਨ ਸਿੰਘ ਪੰਧੇਰ KMM ਦਾ ਕੋਆਰਡੀਨੇਟਰ ਜੀ ਔਰ ਤੁਹਾਨੂੰ ਪਤਾ ਜਿਹੜਾ ਦਿੱਲੀ ਦਾ ਅੰਦੋਲਨ ਆ SKM ਗੈਰ ਰਾਜਨੀਤਿਕ ਅਤੇ KMM ਕਿਸਾਨ ਮਜ਼ਦੂਰ ਮੋਰਚੇ ਦਾ ਸਾਂਝਾ ਅੰਦੋਲਨ ਆ ਔਰ ਦੇਖੋ ਜਿਹੜੇ ਕੱਲ੍ਹ ਘਟਨਾਕ੍ਰਮ ਹੋਇਆ ਤੁਹਾਡੇ ਸਾਹਮਣੇ ਆ ਅੱਜ ਅਸੀਂ ਕਿਉਂਕਿ ਡਲੇਵਾਲ ਸਾਹਿਬ ਸਵੇਰੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲੈਣ ਚਲੇ ਗਏ ਇਸ ਕਰਕੇ ਉਹ ਲੇਟ ਆ ਸਕੇ ਨੇ ਅਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ ਉਹਨਾਂ ਦੇ ਆਇਆਂ ਉਹ ਆਪਣੇ ਫੋਰਮ ਨਾਲ ਗੱਲ ਕਰ ਰਹੇ ਅਸੀਂ ਗੱਲ ਕਰ ਲਈ ਆ ਆਪਾਂ ਦੋਹਰੇ ਤੁਹਾਨੂੰ ਕਾਲ ਕਰ ਲਾਂਗੇ ਠੀਕ ਹੈ ਜੀ ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ ਪਰ ਜਿਹੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ ਇੱਕ ਤਾਂ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ MLR ਉਹਨਾਂ ਦੀ ਕੱਟੀ ਉਹ 60 ਨੇ ਉਵੇਂ ਇਹਦੇ ਨਾਲੋਂ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ 30 ਜਿਹੜਾ ਖਨੌਰੀ ਬਾਰਡਰ ਆ ਉਹਦੇ 'ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ ਔਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀਚਾਰਜ ਨਹੀਂ ਕੀਤਾ ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਵਾ ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ BKJU ਕ੍ਰਾਂਤੀਕਾਰੀ ਦਾ ਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ ਠੀਕ ਆ ਇੱਕ ਨੂੰ ਪਲਸਤਰ ਲੱਗਾ ਵਾ ਇੱਕ ਦਾ ਪਰੇਟ ਹੋਇਆ ਹੈਗਾ ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਕੋਲ ਪਰੇਟ ਹੋਇਆ ਅਤੇ ਮਸਾਣੀਆ ਸਾਹਿਬ ਨੇ ਜਿਹਦੀ ਲੱਤ ਨੂੰ ਪਲਸਤਰ ਲੱਗਾ ਹੋਇਆ ਅਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਵੀ ਲੱਭ ਰਹੇ ਹਾਂ ਸਾਰਾ ਤਲਾਸ਼ ਰਹੇ ਹਾਂ ਵੀ ਕਿੱਡੇ ਕਿੱਦਾਂ ਜ਼ਖਮੀ ਹੋਏ ਨੇ ਕੀ ਕੁਲ ਹੋਇਆ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜਿਹੜੀਆਂ ਬੁਲਟਸ ਵਰਤੀਆਂ ਗਈਆਂ ਨੇ ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ 'ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਨਹੀਂ ਹੈ ਅਗਲੇ ਬੰਨੇ ਅਰਧ ਸੈਨਿਕ ਫੋਰਸ ਨੇ BSF ਅਤੇ RPF ਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ 'ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇੰਨਾ ਜ਼ਬਰ ਢਾਇਆ ਜਾ ਰਿਹਾ ਔਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ ਵਰਤੀਆਂ ਨੇ ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾਂ ਆਹ ਰਬੜ ਦੀਆਂ ਗੋਲੀਆਂ ਵਾ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਕਹਾਂ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ SLR ਦੇ ਫੈਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ SLR ਆ ਠੀਕ ਆ ਜੀ ਉਹ ਵੀ ਕਿੱਥੇ ਨਿਕਲ ਗਏ ਮੈਂ ਪਾਏ ਥੱਲੇ ਸੁੱਟ ਲਏ ਠੀਕ ਆ ਮੈਂ ਉਦੋਂ ਵੀ ਦਿਖਾਏ ਆ ਉਹ ਐਸ ਆਹ ਪੈ ਗਏ ਬਈ ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ 'ਤੇ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫਿਰ ਗੱਲ ਸਾਫ਼ ਕਰ ਦੇਵਾਂ ਸਾਡੇ
ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ। ਮਕਸਦ ਹੈਗਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ। ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ। ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਬਿਜਲੀ ਬਿੱਲ ਜਿਹੜਾ ਨਿੱਜੀਕਰਨ ਦੀ ਨੀਤੀ ਉਹਨੂੰ ਵਾਪਸ ਲਓ, ਪੋਲਿਊਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ, ਠੀਕ ਹੈ। ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਇਆ ਦਿਹਾੜੀ ਦਿਓ। ਸੰਵਿਧਾਨ ਦੀ 5ਵੀਂ ਸੂਚੀ ਆਦਿਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ? ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ, ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ ਹੋਏ, ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ। ਦੋ ਕੰਮ, ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ, ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲਓ। ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਸਰਕਾਰ ਕਰ ਰਹੀ, ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ। ਜਿਹੜਾ ਕੱਲ੍ਹ ਅੱਜ ਮੈਂ ਅਨੁਰਾਗ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਵੀ ਉਨ੍ਹਾਂ ਮੰਗ ਕਹਿ ਰਹੇ ਵੀ ਉਹਨਾਂ ਦੇ ਮੰਗ ਪੱਤਰ ਵੱਧਦਾ ਜਾ ਰਿਹਾ, ਮੈਂ ਕੋਈ ਹਿੰਦੀ ਰਿਪੀਟ ਕਰ ਦੂੰ, ਉਹ ਠੀਕ ਨਹੀਂ ਹੈ। ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈਗਾ। ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲੀਏ ਅਤੇ ਕਿਹੜੀ ਨਾ ਘੱਲੀਏ। ਜਿਵੇਂ ਨੈਸ਼ਨਲ ਮੀਡੀਆ 'ਤੇ ਸਾਨੂੰ ਫਿਰ ਖਾਲਿਸਤਾਨ ਦਾ ਅਟੈਕ ਲਾਉਣ ਦਾ ਯਤਨ ਹੋ ਰਿਹਾ, ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰ ਵਾਸਤੇ। 4 ਅਟੈਕ ਆ ਗਏ ਆ, ਪਹਿਲੋਂ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ, ਇੱਕ ਅਟੈਕ ਹੈਗਾ, ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ, ਦੂਜਾ ਅਟੈਕ ਹੈਗਾ, ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਆ, ਤੀਜਾ ਆ ਗਿਆ ਫਿਰ ਖਾਲਿਸਤਾਨ। ਪਹਿਲੋਂ ਹੈ ਕੀ ਆ ਪਤਾ ਕਰ ਲਓ, ਹਰ ਵਾਰੀ ਸਟੈਂਡ ਚੇਂਜ ਕਰਦੇ ਜੀ, ਠੀਕ ਆ। ਤਾਂ ਇਹ ਠੀਕ ਨਹੀਂ ਹੈਗਾ, ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ। ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ 'ਚ, ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਦੇ ਹਾਂ ਵੀ ਬੋਰੀਆਂ ਜਿਹੜੀਆਂ ਵਾ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘੱਟ ਘੱਟ ਸਾਡੇ 'ਤੇ ਵਰਤੋਂ ਹੋਵੇ, ਉਹਨੂੰ ਡੱਕਿਆ ਜਾ ਸਕੇ। ਕੋਈ ਪਾਣੀ ਲੈ ਕੇ ਆ ਜਾਓ, ਕੋਈ ਪੰਪ ਲੈ ਕੇ ਆ ਜਾਓ, ਜਦੋਂ ਗੋਲਾ ਸੁੱਟਣ ਸਾਡੇ 'ਤੇ ਅਸੀਂ ਉਹ ਗੋਲਾ ਠੰਡਾ ਕਰ ਸਕੀਏ। ਤਾਂ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤਾਂ ਇਹ ਜਾ ਰਿਹਾ ਮੀਡੀਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ ਆ, ਠੀਕ ਆ। ਇਹ ਠੀਕ ਨਹੀਂ ਹੈਗਾ, ਕੋਈ ਇੱਕ ਅੱਧੀ ਘਟਨਾ ਵਾਪਰ ਸਕਦੀ ਆ। ਅਤੇ ਅਸੀਂ ਅੱਜ ਵੀ ਕਹਿੰਦੇ ਹਾਂ ਵੀ ਸਾਡਾ ਅੰਦੋਲਨ ਪੀਸਫੁੱਲੀ ਆ, ਪਰ ਅਮਨ ਆ। ਅਸੀਂ ਸਮਝਦੇ ਹਾਂ ਵੀ ਜੇ ਸਾਡਾ ਅੰਦੋਲਨ ਪੁਰਅਮਨ ਅਤੇ ਪੀਸਫੁੱਲ ਰਿਹਾ ਤਾਂ ਸਾਨੂੰ ਜਿੱਤਣੋਂ ਕੋਈ ਵੀ ਹਰਾ ਨਹੀਂ ਸਕਦਾ ਹੈਗਾ, ਅਸੀਂ ਜਿੱਤਾਂਗੇ। ਅਤੇ ਸਾਡਾ ਨੌਜਵਾਨ ਸਿਆਣਾ ਵਾ, ਸਮਝਦਾਰ ਆ, ਕੇਂਦਰ ਸਾਨੂੰ ਪਹਿਲੋਂ ਬਦਨਾਮ ਕਰਨ ਲਈ ਤਿਆਰ ਹੈਗੀ ਆ, ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜ੍ਹਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ, ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ। ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਟਕਰਾਅ ਨਹੀਂ ਕਰਨਾ ਹੈਗਾ, ਅਸੀਂ ਮੰਗਾਂ ਮਨਵਾਉਣੀਆਂ ਹੈਗੀਆਂ। ਤਾਂ ਅੱਜ ਦੀ ਅਪਡੇਟ ਇਹ ਸੀ, ਤੁਸੀਂ ਇਕੱਲੇ ਇਕੱਲੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ, ਤੁਹਾਡੇ ਨਾਲ ਗੱਲ ਕਰਨ ਨੂੰ ਜੀ ਬਹੁਤ ਕਰਦਾ, ਫਿਰ ਹੁੰਦਾ ਵੀ 4-4 ਘੰਟੇ ਹੀ ਸੁਣਨੇ ਆ, ਇਹ ਤੋਂ ਵੱਧ ਸੁੱਤਾ ਨਹੀਂ ਜਾਂਦਾ ਹੈਗਾ, ਤਾਂ ਫਿਰ ਇੰਨਾ ਕਈ ਵਾਰੀ ਨਹੀਂ ਬੋਲਿਆ ਜਾਂਦਾ, ਫਿਰ ਇਕੱਠੀ PC ਕਰ ਲਈ ਆ। ਤਾਂ ਮੈਂ ਹਿੰਦੀ 'ਚ ਇੱਕ ਵਾਰੀ ਰਿਪੀਟ ਕਰਦੇ ਹਾਂ ਵੀ ਜੋ KMM ਕਿਸਾਨ ਮਜ਼ਦੂਰ ਮੋਰਚਾ ਹੈ ਔਰ SKM ਗੈਰ ਰਾਜਨੀਤਿਕ ਹੈ, ਉਨਕਾ ਇਹ ਅੰਦੋਲਨ ਹੈ, ਔਰ ਜਿਸ ਤਰ੍ਹਾਂ ਸੇ ਆਪਨੇ ਦੇਖਾ ਹੈ ਵੀ ਜਿਸ ਤਰ੍ਹਾਂ ਸੇ ਕੇਂਦਰ ਕੀ ਸਰਕਾਰ ਹਮਾਰੇ ਉੱਪਰ ਜਬਰ ਕਰ ਰਹੀ ਹੈ, ਇਹ ਬੁਲਟ SLR ਕੀ ਬੁਲਟ ਚਲਾਈ ਗਈ ਹਮਾਰੇ ਉੱਪਰ, ਇਸ ਤਰ੍ਹਾਂ ਸੇ ਹੰਝੂ ਗੈਸ ਜੋ ਹਮਾਰੇ ਉੱਪਰ ਨਹੀਂ ਚਲਾਉਣਾ ਚਾਹੀਏ, ਇਹ ਪਲਾਸਟਿਕ ਕੀ ਗੋਲੀਆਂ
उन्होंने इस्तेमाल की और ये रबड़ की गोलियां, ये हमारे ऊपर हो रहा। और जिस तरह से हमारी परसेप्शन बनाई जा रही है मीडिया में, खालिस्तान का अटैक लगाया जा रहा।